ਤੁਸੀਂ ਆ ਸਾਹਮਣੇ ਦੇਖ ਸਕਦੇ ਹਾਂ ਕਿ ਪਹਾੜਾਂ ਦੇ ਵਿੱਚ ਤੁਹਾਨੂੰ ਆ ਦਰਵਾਜ਼ੇ ਨਜ਼ਰ ਆਉਂਦੇ ਹੋਣੇ ਆ। ਇਹ ਬਾਈ ਜੀ ਉਸ ਕੌਮ ਦੇ ਘਰ ਸੀਗੇ, ਇੱਥੇ ਉਹਨਾਂ ਨੇ ਪੱਥਰ ਤਰਾਸ਼ ਕੇ ਅਤੇ ਆਪਣੇ ਪਹਾੜਾਂ ਦੇ ਵਿੱਚ ਘਰ ਬਣਾਏ ਹੋਏ ਸੀਗੇ। ਸਾਹਮਣੇ ਉਹ ਪਹਾੜ ਆ ਜੀ ਜਿਸ ਪਹਾੜ 'ਤੇ ਅੱਲਾਹ ਤਾਲਾ ਦੀ ਤਰਫੋਂ ਅਜ਼ਾਬ ਨਾਜ਼ਲ ਹੋਇਆ ਸੀਗਾ। ਅਤੇ ਅਸਲਾਮੁ ਅਲੈਕਮ, ਹਾਂਜੀ ਦੋਸਤੋ, ਕੀ ਹਾਲ ਚਾਲ, ਉਮੀਦ ਕਰਦਾ ਸਾਰੇ ਵੀਰ ਭਰਾ ਠੀਕ ਹੋਣਗੇ। ਬਾਈ ਜੀ ਇਸ ਟਾਈਮ ਮੈਂ ਮੌਜੂਦ ਹਾਂ ਸਾਊਦੀ ਅਰਬ ਦੇ ਸ਼ਹਿਰ ਅਲੂਲਾ ਦੇ ਵਿੱਚ। ਬਾਈ ਇਹ ਸਾਊਦੀ ਅਰਬ ਦਾ ਇੱਕ ਬੜਾ ਹੀ ਤਾਰੀਖੀ ਸ਼ਹਿਰ ਆ। ਇਸ ਸ਼ਹਿਰ ਦਾ ਪਹਿਲਾ ਨਾਮ ਹਜਰ ਸੀਗਾ, ਉਸ ਤੋਂ ਬਾਅਦ ਇਸ ਟਾਈਮ ਮੌਜੂਦਾ ਇਸਦਾ ਨਾਮ ਅਲੂਲਾ। ਇਸ ਸ਼ਹਿਰ ਦੇ ਵਿੱਚ ਹਜ਼ਰਤ ਸਾਲਿਹ ਅਲੈਹਿ ਸਲਾਮ ਦੀ ਊਂਠਨੀ ਦਾ ਕਤਲ ਕੀਤਾ ਗਿਆ ਸੀ ਅਤੇ ਫਿਰ ਉਸ ਤੋਂ ਬਾਅਦ ਕੌਮੇ ਸਮੂਦ ਅਤੇ ਅੱਲਾਹ ਤਾਲਾ ਦੀ ਤਰਫੋਂ ਅਜ਼ਾਬ ਨਾਜ਼ਲ ਹੋਇਆ। ਕੌਮੇ ਸਮੂਦ ਅਰਬ ਦਾ ਇੱਕ ਕਬੀਲਾ ਸੀਗਾ। ਇਹ ਲੋਕ ਸਮੂਦ ਬਿਨ ਰਾਮ ਬਿਨ ਸਾਮ ਬਿਨ ਨੂਹ ਅਲੈਹਿ ਸਲਾਮ ਦੀ ਔਲਾਦ 'ਚੋਂ ਸੀ ਅਤੇ ਇਹ ਲੋਕ ਹਜਾਜ਼ ਔਰ ਸ਼ਾਮ ਦੇ ਦਰਮਿਆਨ ਸਰਜ਼ਮੀਨ ਹਜਰ 'ਚ ਰਹਿੰਦੇ ਸੀ। ਇਸ ਕੌਮ ਅਲ ਅੱਲਾਹ ਤਾਲਾ ਨੇ ਹਜ਼ਰਤ ਸਾਲਿਹ ਅਲੈਹਿ ਸਲਾਮ ਨੂੰ ਭੇਜਿਆ ਸੀ। ਹਜ਼ਰਤ ਸਾਲਿਹ ਅਲੈਹਿ ਸਲਾਮ ਦੇ ਵਾਲਦ ਦਾ ਨਾਮ ਉਬੈਦ ਬਿਨ ਆਸਫ ਆ। ਜਦੋਂ ਅੱਲਾਹ ਤਾਲਾ ਨੇ ਹਜ਼ਰਤ ਸਾਲਿਹ ਅਲੈਹਿ ਸਲਾਮ ਨੂੰ ਇਸ ਕੌਮ ਅਲ ਭੇਜਿਆ, ਉਸ ਤੋਂ ਬਾਅਦ ਹਜ਼ਰਤ ਸਾਲਿਹ ਅਲੈਹਿ ਸਲਾਮ ਨੇ ਇਸ ਕੌਮ ਨੂੰ ਸਮਝਾਇਆ ਕਿ ਅੱਲਾਹ ਇੱਕ ਹੈ, ਉਹਦੀ ਇਬਾਦਤ ਕਰੋ, ਉਹਦਾ ਕੋਈ ਸ਼ਰੀਕ ਨਾ ਠਹਿਰਾਓ। ਉਸ ਤੋਂ ਬਾਅਦ ਅੱਲਾਹ ਤਾਲਾ ਦੀਆਂ ਨੇਮਤਾਂ ਦਾ ਸ਼ੁਕਰ ਅਦਾ ਕਰੋ। ਲੇਕਿਨ ਇਹ ਕੌਮ ਨਹੀਂ ਸਮਝੀ। ਉਸ ਤੋਂ ਬਾਅਦ ਹਜ਼ਰਤ ਸਾਲਿਹ ਅਲੈਹਿ ਸਲਾਮ ਨੇ ਅੱਲਾਹ ਤਾਲਾ ਦੇ ਅਜ਼ਾਬ ਤੋਂ ਡਰਾਇਆ। ਇਸ ਟਾਈਮ ਹਜ਼ਰਤ ਸਾਲਿਹ ਅਲੈਹਿ ਸਲਾਮ ਨੇ ਇਸ ਕੌਮ ਨੂੰ ਦਾਵਤ ਦਿੱਤੀ। ਇਸ ਕੌਮ ਦਾ ਇੱਕ ਸਰਦਾਰ ਸੀ ਜਿਹਦਾ ਨਾਮ ਸੀ ਜੁੰਦਾ ਬਿਨ ਉਮਰੋ। ਉਸਨੇ ਹਜ਼ਰਤ ਸਾਲਿਹ ਅਲੈਹਿ ਸਲਾਮ ਨੂੰ ਇਹ ਕਿਹਾ ਕਿ ਅਗਰ ਤੁਸੀਂ ਇੰਨਾ ਹੀ ਅੱਲਾਹ ਦੇ ਸੱਚੇ ਨਬੀ ਹੋ ਤਾਂ ਸਾਨੂੰ ਤੁਸੀਂ ਕੋਈ ਮੌਜਜ਼ਾ ਕਰਕੇ ਦਿਖਾਓ। ਉਸ ਕਬੀਲੇ ਦੇ ਸਰਦਾਰ ਨੇ ਹਜ਼ਰਤ ਸਾਲਿਹ ਅਲੈਹਿ ਸਲਾਮ ਨੂੰ ਇਹ ਕਿਹਾ ਕਿ ਤੁਸੀਂ ਇਹ ਸਾਹਮਣੇ ਪਹਾੜ ਆ, ਇਹਦੇ ਵਿੱਚੋਂ ਊਂਠਨੀ ਪੈਦਾ ਕਰਕੇ ਦਿਖਾਓ। ਉਸ ਤੋਂ ਬਾਅਦ ਹਜ਼ਰਤ ਸਾਲਿਹ ਅਲੈਹਿ ਸਲਾਮ ਨੇ ਅੱਲਾਹ ਤਾਲਾ ਦੀ ਬਾਰਗਾਹ ਦੇ ਵਿੱਚ ਦੁਆ ਕੀਤੀ। ਜਿਸ ਟਾਈਮ ਹਜ਼ਰਤ ਸਾਲਿਹ ਅਲੈਹਿ ਸਲਾਮ ਨੇ ਅੱਲਾਹ ਤਾਲਾ ਦੀ ਬਾਰਗਾਹ ਦੇ ਵਿੱਚ ਦੁਆ ਕੀਤੀ ਅਤੇ ਸਾਹਮਣੇ ਪਹਾੜ ਦੇ ਵਿੱਚੋਂ ਇੱਕ ਊਂਠਨੀ ਨਿਕਲ ਆਈ ਔਰ ਉਹ ਨਿਕਲਦਿਆਂ ਸਾਰ ਹੀ ਉਸ ਊਂਠਨੀ ਨੇ ਇੱਕ ਬੱਚਾ ਵੀ ਪੈਦਾ ਕੀਤਾ। ਮੌਜੂਦਾ ਦੇਖਣ ਤੋਂ ਬਾਅਦ ਉਸ ਕਬੀਲੇ ਦਾ ਜਿਹੜਾ ਸਰਦਾਰ ਸੀਗਾ ਜੁੰਦਾ ਬਿਨ ਉਮਰੋ, ਉਹ ਅੱਲਾਹ ਤਾਲਾ 'ਤੇ ਇਮਾਨ ਲੈ ਆਇਆ ਅਤੇ ਬਾਕੀ ਜਿਹੜੇ ਦੂਸਰੇ ਬੰਦੇ ਸੀ ਉਸ ਕਬੀਲੇ ਦੇ ਬੰਦੇ ਸੀ ਉਹ ਸਾਰੇ ਹੀ ਆਪਣੀ ਗੱਲ ਤੋਂ ਮੁੱਕਰ ਗਏ। ਹਜ਼ਰਤ ਸਾਲਿਹ ਅਲੈਹਿ ਸਲਾਮ ਨੇ ਉਸ ਊਂਠਨੀ ਦੇ ਬਾਰੇ ਫਰਮਾਇਆ ਕਿ ਤੁਸੀਂ ਇਸ ਨੂੰ ਕੁਛ ਨਹੀਂ ਕਹਿਣਾ, ਨਾ ਤੁਸੀਂ ਮਾਰਨਾ, ਨਾ ਇਸ ਊਂਠਨੀ ਨੂੰ ਤੁਸੀਂ ਤੰਗ ਕਰਨਾ, ਨਾ ਤੁਸੀਂ ਇਸ ਦਾ ਕਤਲ ਕਰਨਾ। ਅਗਰ ਤੁਸੀਂ ਇਹਨੂੰ ਕਤਲ ਕਰੋਗੇ, ਮਾਰੋਗੇ ਤਾਂ ਅੱਲਾਹ ਤਾਲਾ ਦੀ ਤਰਫੋਂ ਤੁਹਾਡੇ ਉੱਤੇ ਅਜ਼ਾਬ ਨਾਜ਼ਲ ਹੋ ਜਾਏਗਾ। ਹਜ਼ਰਤ ਸਾਲਿਹ ਅਲੈਹਿ ਸਲਾਮ ਦੀ ਊਂਠਨੀ ਇੱਕ ਦਿਨ ਪਾਣੀ ਪੀਂਦੀ ਸੀ ਔਰ ਦੂਸਰੇ ਦਿਨ ਬਾਕੀ ਸਾਰੇ ਕਬੀਲੇ ਦੇ ਲੋਕ ਜਾਂ ਬਾਕੀ ਜਾਨਵਰ ਪਾਣੀ ਪੀਂਦੇ ਹੁੰਦੇ ਸੀ। ਉਸ ਊਂਠਨੀ ਦਾ ਦੁੱਧ ਇੰਨਾ ਕੁ ਜ਼ਿਆਦਾ ਹੁੰਦਾ ਸੀਗਾ ਕਿ ਸਾਰੇ ਕਬੀਲੇ ਦੇ ਲੋਕ ਪੀਂਦੇ ਸੀ, ਦੁੱਧ ਫਿਰ ਵੀ ਕਾਫੀ ਹੁੰਦਾ ਸੀ। ਲੇਕਿਨ ਇੱਥੇ ਦੇ ਲੋਕ ਜਿਹੜੇ ਹਜ਼ਰਤ ਸਾਲਿਹ ਅਲੈਹਿ ਸਲਾਮ ਅਤੇ ਅੱਲਾਹ ਤਾਲਾ 'ਤੇ ਇਮਾਨ ਲੈ ਕੇ ਨਹੀਂ ਸੀ ਆਏ, ਉਹ ਉਸ ਊਂਠਨੀ ਤੋਂ ਬਹੁਤ ਜ਼ਿਆਦਾ ਤੰਗ ਸੀ ਅਤੇ ਉਸ ਊਂਠਨੀ ਨੂੰ ਕਤਲ ਕਰਨ ਦਾ ਉਹਨਾਂ ਨੇ ਇਰਾਦਾ ਬਣਾਇਆ ਅਤੇ ਕਹਿੰਦੇ ਸੀ ਕਿਸੇ ਵੀ ਤਰ੍ਹਾਂ ਇਸ ਊਂਠਨੀ ਦਾ ਕਤਲ ਕਰ ਦਿੱਤਾ ਜਾਏ ਤਾਂ ਕਿ ਅਸੀਂ ਖੁੱਲ੍ਹੇ ਹੋ ਕੇ ਅਸੀਂ ਪਾਣੀ ਪੀਏ। ਹਜ਼ਰਤ ਸਾਲਿਹ ਅਲੈਹਿ ਸਲਾਮ ਨੇ ਉਸ ਕੌਮ ਨੂੰ ਸਮਝਾਇਆ ਕਿ ਅੱਲਾਹ ਤਾਲਾ ਦੇ ਉੱਪਰ ਇਮਾਨ ਲੈ ਆਓ, ਲੇਕਿਨ ਉਹ ਕੌਮ ਅੱਲਾਹ ਤਾਲਾ 'ਤੇ ਇਮਾਨ ਲੈ ਕੇ ਨਹੀਂ ਆਈ। ਫਿਰ ਹਜ਼ਰਤ ਸਾਲਿਹ ਅਲੈਹਿ ਸਲਾਮ ਨੇ ਉਹਨਾਂ ਨੂੰ ਇਹ ਕਿਹਾ ਕਿ ਤੁਹਾਡੇ ਕੋਲ 3 ਦਿਨ ਟਾਈਮ ਹੈ, ਉਸ ਤੋਂ ਬਾਅਦ ਤੁਹਾਡੇ 'ਤੇ ਅੱਲਾਹ ਤਾਲਾ ਦਾ ਅਜ਼ਾਬ ਨਾਜ਼ਲ ਹੋਏਗਾ। ਉਸ ਕੌਮ ਦੇ ਸਰਦਾਰਾਂ ਨੇ ਇਹ ਫੈਸਲਾ ਕੀਤਾ ਕਿ ਜਿਹੜਾ ਬੰਦਾ ਊਂਠਨੀ ਦਾ ਕਤਲ ਕਰੇਗਾ, ਅਸੀਂ ਉਹਦੇ ਨਾਲ ਆਪਣੀ ਬੱਚੀਆਂ ਦੀ ਸ਼ਾਦੀ ਕਰਾਵਾਂਗੇ। ਇਸ ਫੈਸਲੇ ਤੋਂ ਬਾਅਦ ਉੱਥੇ ਦੇ 2 ਨੌਜਵਾਨ ਮੁੰਡੇ ਤਿਆਰ ਹੋ ਗਏ। ਇੱਕ ਦਾ ਨਾਂ ਸੀ ਮਿਸਰਾ ਅਤੇ ਦੂਸਰੇ ਦਾ ਨਾਂ ਸੀ ਕਦਾ। ਕੁਰਾਨ ਪਾਕ ਦੇ ਵਿੱਚ ਅੱਲਾਹ ਤਾਲਾ ਨੇ ਹਜ਼ਰਤ ਸਾਲਿਹ ਅਲੈਹਿ ਸਲਾਮ ਦਾ ਵਾਕਿਆ ਬਿਆਨ ਕਰਦੇ ਹੋਏ ਫਰਮਾਇਆ, ਸ਼ਹਿਰ ਦੇ ਵਿੱਚ 9 ਅਫਰਾਦ ਦੀ ਇੱਕ ਐਸੀ ਜਮਾਤ ਸੀ ਜਿਹੜੇ ਮੁਲਕ ਭਰ ਦੇ ਵਿੱਚ ਫਸਾਦ ਕਰਦੇ ਅਤੇ ਅਸਲਾਹ ਨਹੀਂ ਸੀ ਕਰਦੇ। ਉਸ ਤੋਂ ਬਾਅਦ ਇੱਕ ਦਿਨ 9 ਅਫਰਾਦ ਦੀ ਜਮਾਤ ਊਂਠਨੀ ਦਾ ਇੰਤਜ਼ਾਰ ਕਰਨ ਵਾਸਤੇ ਕੂਏ ਦੇ ਕੋਲ ਬਹਿ ਗਏ ਕਿ ਜਿੱਦਾਂ ਹੀ ਕੂਏ ਤੋਂ ਊਂਠਨੀ ਪਾਣੀ ਪੀਣ ਆਏਗੀ ਅਸੀਂ ਉਹਦਾ ਕਤਲ ਕਰਦੇ। ਮਾਮੂਲ ਦੇ ਮੁਤਾਬਕ ਜਿਸ ਤਰ੍ਹਾਂ ਊਂਠਨੀ ਪਾਣੀ ਪੀਣ ਆਈ ਅਤੇ ਮਿਸਰਾ ਨਾਮੀ ਸ਼ਖਸ ਨੇ ਤੀਰ ਚਲਾਇਆ, ਤੀਰ ਚਲਾਉਣ ਤੋਂ ਬਾਅਦ ਇਸੇ ਤਰ੍ਹਾਂ ਹੀ ਹਮਲਾ ਕਰਕੇ ਉਹਨਾਂ ਸਭ ਨੇ ਮਿਲ ਕੇ ਊਂਠਨੀ ਦਾ ਕਤਲ ਕਰਤਾ। ਊਂਠਨੀ ਦੇ ਕਤਲ ਕਰਨ ਤੋਂ ਬਾਅਦ ਉਸ ਕੌਮ ਨੇ ਉਸ 9 ਅਫਰਾਦ ਨੇ ਹਜ਼ਰਤ ਸਾਲਿਹ ਅਲੈਹਿ ਸਲਾਮ ਨੂੰ ਕਤਲ ਕਰਨ ਦਾ ਮਨਸੂਬਾ ਬਣਾਇਆ।
ਉਹ ਲੋਕ ਹਜ਼ਰਤ ਸਾਲਿਹ ਅਲੈਹਿ ਸਲਾਮ ਦੀ ਗੁਜ਼ਰਗਾਹ 'ਤੇ ਛੁਪ ਕੇ ਬਹਿ ਗਏ ਕਿ ਜਿਸ ਤਰ੍ਹਾਂ ਹਜ਼ਰਤ ਸਾਲਿਹ ਅਲੈਹਿ ਸਲਾਮ ਆਉਣਗੇ ਅਸੀਂ ਉਹਨਾਂ ਦਾ ਕਤਲ ਕਰ ਦਾਂਗੇ। ਜਿਸ ਪਹਾੜ ਦੇ ਕੋਲ ਛੁਪ ਕੇ ਬੈਠੇ ਹੋਏ ਸੀ ਅਤੇ ਅੱਲਾਹ ਤਾਲਾ ਦੀ ਤਰਫੋਂ ਉੱਪਰੋਂ ਵੱਡੇ ਵੱਡੇ ਉਸ ਪਹਾੜ ਦੇ ਪੱਥਰ ਉਹਨਾਂ ਲੋਕਾਂ 'ਤੇ ਆ ਕੇ ਡਿੱਗੇ ਅਤੇ ਉਹਨਾਂ ਦੀ ਵਜ੍ਹਾ ਤੋਂ ਸਾਰੇ ਦੇ ਸਾਰੇ ਉੱਥੇ ਹੀ ਮੌਕੇ 'ਤੇ ਹਲਾਕ ਹੋ ਗਏ। ਊਂਠਨੀ ਦੇ ਕਤਲ ਹੋਣ ਤੋਂ ਬਾਅਦ ਜਦੋਂ ਉਸ ਕੌਮ 'ਤੇ ਅੱਲਾਹ ਤਾਲਾ ਦੀ ਤਰਫੋਂ ਅਜ਼ਾਬ ਨਾਜ਼ਲ ਨਹੀਂ ਹੋਇਆ ਅਤੇ ਉਹ ਲੋਕ ਖੁਸ਼ੀ ਦੇ ਨਾਲ ਜਸ਼ਨ ਮਨਾਉਣ ਲੱਗੇ ਅਤੇ ਹਜ਼ਰਤ ਸਾਲਿਹ ਅਲੈਹਿ ਸਲਾਮ ਨੂੰ ਕਹਿਣ ਲੱਗੇ ਕਿ ਅੱਲਾਹ ਤਾਲਾ ਦੀ ਤਰਫੋਂ ਸਾਡੇ ਦੇ ਉੱਤੇ ਕੋਈ ਅਜ਼ਾਬ ਨਾਜ਼ਲ ਨਹੀਂ ਹੋਇਆ। ਉਸ ਕੌਮ ਦੇ ਲੋਕ ਹਜ਼ਰਤ ਸਾਲਿਹ ਅਲੈਹਿ ਸਲਾਮ ਨੂੰ ਇਹ ਕਹਿਣ ਲੱਗੇ ਕਿ ਅਗਰ ਤੁਸੀਂ ਵਾਕਿਆ ਹੀ ਅੱਲਾਹ ਦੇ ਸੱਚੇ ਰਸੂਲ ਹੋ ਤਾਂ ਸਾਡੇ 'ਤੇ ਅਜ਼ਾਬ ਤੁਸੀਂ ਲੈ ਕੇ ਆਓ। ਹਜ਼ਰਤ ਸਾਲਿਹ ਅਲੈਹਿ ਸਲਾਮ ਨੇ ਇਹ ਫਰਮਾਇਆ ਕਿ ਤੁਹਾਡੇ ਕੋਲ ਸਿਰਫ 3 ਦਿਨ ਤੋਂ ਬਾਅਦ ਤੁਹਾਡੇ 'ਤੇ ਅੱਲਾਹ ਤਾਲਾ ਦੀ ਤਰਫੋਂ ਅਜ਼ਾਬ ਨਾਜ਼ਲ ਹੋਏਗਾ। ਉਸ ਕੌਮ ਨੇ ਕਿਹਾ ਜਦੋਂ ਸਾਡੇ 'ਤੇ ਅਜ਼ਾਬ ਆਏਗਾ ਅਸੀਂ ਆਪਣੇ ਪਹਾੜਾਂ ਵਾਲੇ ਘਰਾਂ ਦੇ ਵਿੱਚ ਛੁਪ ਜਾਵਾਂਗੇ। ਉਸ ਕੌਮ ਨੇ ਪਹਾੜਾਂ ਨੂੰ ਤਰਾਸ਼ ਕੇ ਵਿੱਚ ਆਪਣੇ ਮਹਿਲਾ ਤਰ੍ਹਾਂ ਦੇ ਵੱਡੇ ਵੱਡੇ ਘਰ ਬਣਾਏ ਹੁੰਦੇ ਸੀ। ਹਜ਼ਰਤ ਸਾਲਿਹ ਅਲੈਹਿ ਸਲਾਮ ਨੇ ਉਹਨਾਂ ਨੂੰ ਅਜ਼ਾਬ ਦੇ ਅਲਾਮਤ ਦੱਸਦਿਆਂ ਹੋਇਆ ਫਰਮਾਇਆ ਕਿ ਕੱਲ੍ਹ ਜੁਮੇਰਾਤ ਆ ਤੁਹਾਡੇ ਸਭ ਦੇ ਚਿਹਰੇ ਸਖਤ ਜ਼ਰਦ ਹੋ ਜਾਣਗੇ, ਉਸ ਤੋਂ ਬਾਅਦ ਪਰਸੋਂ ਜੁਮੇ ਵਾਲੇ ਦਿਨ ਤੁਹਾਡੇ ਸਭ ਦੇ ਚਿਹਰੇ ਸਖਤ ਸੁਰਖ ਹੋ ਜਾਣਗੇ, ਉਸ ਤੋਂ ਬਾਅਦ ਹਫ਼ਤੇ ਵਾਲੇ ਦਿਨ ਤੁਹਾਡੇ ਸਭ ਦੇ ਚਿਹਰੇ ਜਿਹੜੇ ਆ ਸਿਆਹ ਹੋ ਜਾਣਗੇ, ਉਸ ਤੋਂ ਬਾਅਦ ਤੁਹਾਡੇ ਉੱਤੇ ਅੱਲਾਹ ਤਾਲਾ ਦਾ ਅਜ਼ਾਬ ਨਾਜ਼ਲ ਹੋ ਜਾਏ। 3 ਦਿਨ ਗੁਜ਼ਰਨ ਤੋਂ ਬਾਅਦ ਹਜ਼ਰਤ ਸਾਲਿਹ ਅਲੈਹਿ ਸਲਾਮ ਦੀਆਂ ਪੇਸ਼ਗੋਈਆਂ ਕੀਤੀਆਂ ਗਈਆਂ ਜਦੋਂ ਸੱਚ ਹੋਣ ਲੱਗੀਆਂ ਅਤੇ ਉਹਨਾਂ ਲੋਕਾਂ ਨੇ ਕੋਈ ਜਾਦੂ ਅਸਰਾਤ ਸਮਝ ਕੇ ਆਪਣੀ ਉਸੇ ਤਰ੍ਹਾਂ ਜ਼ਿੰਦਗੀ ਨੂੰ ਗੁਜ਼ਾਰਨਾ ਸ਼ੁਰੂ ਕਰ ਦਿੱਤਾ। ਜਿੱਦਾਂ ਹੀ 4th ਦਿਨ ਹੋਇਆ ਅਤੇ ਅੱਲਾਹ ਤਾਲਾ ਦੀ ਤਰਫੋਂ ਸਖਤ ਹੈਬਤਨਾਕ ਚੰਗਾੜ ਅਤੇ ਨਾਲ ਹੀ ਜ਼ਲਜ਼ਲਾ ਆਇਆ ਜਿਹਦੀ ਵਜ੍ਹਾ ਤੋਂ ਸਾਰੀ ਕੌਮ ਤਬਾਹੋ ਬਰਬਾਦ ਹੋ ਗਈ। ਅੱਲਾਹ ਤਾਲਾ ਨੇ ਉਹਨਾਂ ਦੀਆਂ ਬਸਤੀਆਂ ਨੂੰ ਆਉਣ ਵਾਲੀਆਂ ਨਸਲਾਂ ਵਾਸਤੇ ਇਬਰਤ ਦੀ ਜਗ੍ਹਾ ਬਣਾ। ਤੁਸੀਂ ਆ ਸਾਹਮਣੇ ਦੇਖ ਸਕਦੇ ਹਾਂ ਕਿ ਪਹਾੜਾਂ ਦੇ ਵਿੱਚ ਤੁਹਾਨੂੰ ਆ ਦਰਵਾਜ਼ੇ ਨਜ਼ਰ ਆਉਂਦੇ ਹੋਣੇ ਆ। ਇਹ ਬਾਈ ਜੀ ਉਸ ਕੌਮ ਦੇ ਘਰ ਸੀਗੇ, ਇੱਥੇ ਉਹਨਾਂ ਨੇ ਪੱਥਰ ਤਰਾਸ਼ ਕੇ ਅਤੇ ਆਪਣੇ ਪਹਾੜਾਂ ਦੇ ਵਿੱਚ ਘਰ ਬਣਾਏ ਹੋਏ ਸੀਗੇ ਅਤੇ ਉਹ ਲੋਕ ਇਹਨਾਂ ਪਹਾੜਾਂ ਦੇ ਵਿੱਚ ਰਹਿੰਦੇ ਸੀਗੇ। ਦੂਰੋਂ ਹੋ ਕੇ ਵੀਡੀਓ ਬਣਾ ਰਹੇ ਹਾਂ ਅਸੀਂ, ਅੰਦਰ ਨਹੀਂ ਜਾ ਸਕਦੇ ਅਤੇ ਨਾਲੇ ਦੂਸਰੀ ਗੱਲ ਇਹ ਪਹਾੜ ਬਹੁਤ ਵੱਡੇ ਵੱਡੇ ਆ ਅਤੇ ਇਸ ਕਰਕੇ ਤੁਹਾਨੂੰ ਇਹ ਦਰਵਾਜ਼ੇ ਛੋਟੇ ਛੋਟੇ ਲੱਗ ਰਹੇ ਆ। ਬੰਦਾ ਅਗਰ ਕੋਲ ਹੋਵੇ ਕੋਲੋਂ ਦੇਖੇ ਤਾਂ ਬਹੁਤ ਵੱਡੇ ਘਰ ਬਣਾਏ ਹੋਏ ਵਿੱਚ ਇਹਨਾਂ ਨੇ ਅਤੇ ਬਹੁਤ ਵੱਡੇ ਪਹਾੜ ਆ। ਸਾਹਮਣੇ ਉਹ ਪਹਾੜ ਆ ਜੀ ਜਿਸ ਪਹਾੜ 'ਤੇ ਅੱਲਾਹ ਤਾਲਾ ਦੀ ਤਰਫੋਂ ਅਜ਼ਾਬ ਨਾਜ਼ਲ ਹੋਇਆ ਸੀਗਾ ਅਤੇ ਇਸ ਜਗ੍ਹਾ ਦਾ ਨਾਮ ਹੈ ਮੈਦਾਨੇ ਸਾਲਿਹ। ਅਤੇ ਇਹ ਪਹਾੜ ਦਾ ਦੇਖੋ ਕੀ ਹਾਲਾਤ ਹੋਇਆ ਅਤੇ ਜਿਹੜੇ ਇੱਥੇ ਦੀ ਕੌਮ ਸੀ ਕੌਮੇ ਸਮੂਦ ਸੀ ਇੱਥੇ ਤਬਾਹੋ ਬਰਬਾਦ ਹੋ ਗਈ। ਕੌਮੇ ਸਮੂਦ ਨੇ ਪਹਾੜਾਂ ਦੇ ਵਿੱਚ ਆਪਣੇ ਘਰ ਬਣਾਏ ਹੋਏ ਸੀ, ਪਹਾੜਾਂ ਨੂੰ ਤਰਾਸ਼ ਕੇ ਵਿੱਚ ਆਪਣੇ ਬੜੇ ਬੜੇ ਮਹੱਲ ਬਣਾਏ ਹੋਏ ਸੀ, ਬੜੇ ਬੜੇ ਘਰ ਬਣਾਏ ਹੋਏ ਸੀ। ਉਹਨਾਂ ਨੇ ਕਿਹਾ ਸੀ ਜਦੋਂ ਅੱਲਾਹ ਤਾਲਾ ਦਾ ਅਜ਼ਾਬ ਆਏਗਾ ਅਸੀਂ ਆਪਣੇ ਘਰਾਂ ਦੇ ਵਿੱਚ ਛੁਪ ਜਾਵਾਂਗੇ, ਅਸੀਂ ਬਾਹਰ ਨਹੀਂ ਨਿਕਲਾਂਗੇ, ਇਸ ਕਰਕੇ ਅਸੀਂ ਅਜ਼ਾਬ ਤੋਂ ਬਚ ਜਾਵਾਂਗੇ। ਲੇਕਿਨ ਅੱਲਾਹ ਤਾਲਾ ਨੇ ਇੱਦਾਂ ਦਾ ਅਜ਼ਾਬ ਨਾਜ਼ਲ ਕੀਤਾ ਕਿ ਇਹ ਪਹਾੜ ਵੀ ਅਤੇ ਉਹ ਲੋਕ ਸੀ ਜਿਹੜੇ ਸਭ ਦੇ ਸਭ ਤਬਾਹੋ ਬਰਬਾਦ ਹੋ ਗਏ। ਇਹ ਜੀ ਮੈਦਾਨੇ ਸਾਲਿਹ ਅਤੇ ਇਸ ਪਹਾੜ ਦੇ ਉੱਪਰ ਅਜ਼ਾਬ ਆਇਆ ਸੀ। ਇਹ ਦੇਖੋ ਜੀ ਤੁਸੀਂ ਦੇਖ ਸਕਦੇ ਹੋ ਅੱਜ ਇਸ ਤਰ੍ਹਾਂ ਬੰਦਿਆਂ ਦੀਆਂ ਸ਼ਕਲਾਂ ਤਰ੍ਹਾਂ ਦੀਆਂ ਬਣੀਆਂ ਹੋਈਆਂ ਜੀ ਪਹਾੜ ਦੇ ਉੱਪਰ ਵੀ। ਸਾਹਮਣੇ ਸੂਰਜ ਦੀ ਵਜ੍ਹਾ ਤੋਂ ਥੋੜ੍ਹਾ ਜਿਹਾ ਸਾਫ਼ ਨਜ਼ਰ ਨਹੀਂ ਆ ਰਿਹਾ। ਤੁਸੀਂ ਦੇਖ ਸਕਦੇ ਇਹ ਜਗ੍ਹਾ ਨੂੰ ਸਾਰੇ ਹੀ ਮੈਦਾਨੇ ਸਾਲਿਹ ਕਿਹਾ ਜਾਂਦਾ ਜੀ। ਇਹ ਦੇਖੋ ਜੀ ਇਸ ਟਾਈਮ ਅਸੀਂ ਮੌਜੂਦ ਹਾਂ ਮੈਦਾਨੇ ਸਾਲਿਹ। ਅੱਲਾਹ ਤਾਲਾ ਅੱਗੇ ਸਾਡੀ ਇਹੀ ਦੁਆ ਕਿ ਅੱਲਾਹ ਤਾਲਾ ਸਾਨੂੰ ਆਪਣੇ ਦੀਨ ਇਸਲਾਮ 'ਤੇ ਕਾਇਮ ਰਹਿਣ ਦੀ ਤੌਫੀਕਤਾ ਫਰਮਾਏ ਅਤੇ ਅੱਲਾਹ ਤਾਲਾ ਸਾਨੂੰ ਹਰ ਕਿਸਮ ਦੇ ਅਜ਼ਾਬ ਤੋਂ ਹਰ ਕਿਸਮ ਦੀ ਮੁਸੀਬਤ ਤੋਂ ਮਹਿਫੂਜ਼ ਰੱਖੇ।